ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਨੇ, ਸੰਤੁਸ਼ਟ ਹੋ ਤੁਸੀਂ? ਜੇ ਭੱਜਣਗੇ ਤਾਂ ਭਾਈ ਨਾ ਤਾਂ ਸਾਥੋਂ ਦਰੀ ਮੁੱਕੀ ਆ, ਨਾ ਪੰਜਾਬ ਹਰਿਆਣਾ ਦੇ ਲੋਕ ਥੱਕੇ ਆ, ਨਾ ਦੇਸ਼ ਥੱਕਾ ਵਾ। ਕਿ ਤੁਹਾਡਾ ਸਟੈਂਡ ਆ ਜਿਹੜਾ ਉਹ ਕਲੀਅਰ ਹੈ ਇਲੈਕਸ਼ਨ ਨੂੰ ਲੈ ਕੇ, ਸਿਆਸਤ ਨੂੰ ਲੈ ਕੇ, ਕਿ ਤੁਹਾਡੀ ਜਥੇਬੰਦੀ ਨਹੀਂ ਜਾਊਗੀ? ਬਿਲਕੁਲ ਨਹੀਂ। ਪਿਛਲੇ ਦੇਸ਼ ਸਾਡੇ ਨਾਲ ਵੱਧ ਖੜੂਗਾ, ਵੱਧ ਲੜੂਗਾ, ਅਤੇ ਦੇਸ਼ ਸਾਡੇ ਨਾਲ ਖੜੂਗਾ ਲੜੂਗਾ, ਤਾਂ ਅਸੀਂ ਮੋਦੀ ਨੂੰ ਨਹੀਂ ਭਾਈ ਅੱਗੇ ਆਉਣ ਦਿੰਦੇ। ਪੰਦਰਾਂ ਪ੍ਰਸੈਂਟ ਤੋਂ ਵੱਧ ਪੰਜਾਬ ਜਥੇਬੰਦ ਨਹੀਂ ਹੈਗਾ, ਇਹਦਾ ਮਤਲਬ 85% ਤਾਂ ਗੈਰ ਜਥੇਬੰਦ ਨੇ ਸਾਡੇ ਨਾਲ, ਜਥੇਬੰਦ ਕਰਨ ਦੀ ਲੋੜ ਆ। ਤੁਹਾਡਾ ਫਿਰ ਕੀ ਸਟੈਂਡ ਰਹੂਗਾ, ਵਿਰੋਧ ਕਰੋਗੇ ਜੇ ਜਾਂਦੇ ਨੇ ਲੀਡਰ, ਕਿਉਂਕਿ ਪੰਜਾਬ 'ਚ ਚੋਣਾਂ ਸਿਰ 'ਤੇ ਨੇ, ਕੁਛ ਨਾ ਕੁਛ ਤਾਂ ਹੋਊਗਾ ਜ਼ਰੂਰ? ਜਿਹੜੇ ਹਕਮਰਾਨ ਨੇ ਉਹਨਾਂ ਨੂੰ ਮਜਬੂਰ ਕਰਾਂਗੇ ਉਹ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਵੇ। ਕੁਛ ਜਿਹੜੇ ਕਹਿੰਦੇ ਸੀ $2.5 ਲੱਖ ਕਰੋੜ ਆਇਆ, ਅਜੇ ਤੱਕ ਤਾਂ ਦੇ ਨਹੀਂ ਸਕੇ ਸਨ। ਕਿਸੇ ਦੇ ਕਿਹਾ ਕੋਈ ਸਰਦਾਰ ਜਾਂ ਗਦਾਰ ਨਹੀਂ ਹੁੰਦਾ, ਇਹ ਤਾਂ ਦੁਨੀਆ ਤੈਅ ਕਰਦੀ ਹੁੰਦੀ ਆ। ਨਾ ਕਿਸੇ ਕੋਲ ਡਰਦੇ ਹਾਂ, ਅਸੀਂ ਹੁਣ ਵੀ ਬੋਲ ਸਕਦੇ, ਲਹਿਰ ਕਰਕੇ ਨਹੀਂ ਬੋਲਦੇ ਰਹੇ, ਜਵਾਬ ਉਹਨਾਂ ਨੂੰ ਵੀ ਦੇ ਸਕਦੇ ਹਾਂ। ਮੋਰਚਾ ਫਤਿਹ ਕਰਨ ਤੋਂ ਬਾਅਦ ਲਗਾਤਾਰ ਪੰਜਾਬ ਅਤੇ ਹਰਿਆਣਾ ਨੂੰ ਕਾਫਲੇ ਜਾ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੇ ਕਾਫਲੇ 11 ਦਸੰਬਰ ਨੂੰ ਜਾਣੇ ਸ਼ੁਰੂ ਹੋ ਗਏ ਸੀ, ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਿੰਘੂ ਬਾਰਡਰ 'ਤੇ ਇਹਨਾਂ ਦੀ ਵੱਖਰੀ ਸਟੇਜ ਹੈ ਜਿਹੜੀ ਉਹ ਲੱਗੀ ਹੋਈ ਸੀ ਦਿੱਲੀ ਵਾਲੇ ਪਾਸੇ ਨੂੰ। ਅੱਜ ਮੋਰਚਾ ਫਤਿਹ ਕਰਨ ਤੋਂ ਬਾਅਦ ਪੰਜਾਬ ਵੱਲ ਨੂੰ ਚਾਲੇ ਪਾਏ ਨੇ। ਅਸੀਂ ਹਰਿਆਣਾ ਦੇ ਸ਼ਾਹਬਾਦ ਦੇ ਵਿੱਚ ਹਾਂ, ਜਿੱਥੇ ਇਸ ਮੋਰਚੇ ਦਾ ਸਵਾਗਤ ਕੀਤਾ ਗਿਆ ਹੈ, ਲੰਗਰ ਲਾਏ ਗਏ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਇੱਥੇ ਮੌਜੂਦ ਨੇ, ਅਤੇ ਨਾਲ ਹੋਰ ਕਿਸਾਨ ਵੀ ਹੈਗੇ ਨੇ, ਅਸੀਂ ਗੱਲਬਾਤ ਕਰਦੇ ਹਾਂ। ਪੰਧੇਰ ਸਾਹਿਬ, ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਮੋਰਚਾ ਜਿੱਤਣ ਦੀਆਂ। ਸਾਰਿਆਂ ਨੂੰ, ਸਾਰੇ ਦੇਸ਼ ਦੁਨੀਆ ਦੇ ਵੱਸਦੇ ਸਾਰੇ ਲੋਕਾਂ ਨੂੰ ਵਧਾਈਆਂ, ਸਾਰਿਆਂ ਦਾ ਸਾਂਝਾ ਮੋਰਚਾ ਸੀ। ਅਤੇ ਕੀ ਲੱਗਦਾ ਤੁਹਾਨੂੰ, ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਨੇ, ਸੰਤੁਸ਼ਟ ਹੋ ਤੁਸੀਂ? ਦੇਖੋ, ਇਸ ਮਹਾਨ ਕੋਲ ਦੇ ਵਿੱਚ ਜਿਹੜੇ ਖੇਤੀ ਦੇ 3 ਕਾਨੂੰਨ ਆ, ਉਹਨਾਂ ਦੀ ਬਹੁਤ ਵੱਡੀ ਜਿੱਤ ਆ। ਇੱਕ ਪੁਲਿਸ ਕੇਸ ਕਲੀਅਰ ਕੱਟ ਹੈਗੇ ਨੇ, ਚਲੋ ਬਾਕੀ ਅਜੇ MSP 'ਤੇ ਜਾਂ ਬਿਜਲੀ ਸੰਸ਼ੋਧਨ ਬਿੱਲ 'ਤੇ ਜਾਂ ਹੋਰ ਮੁੱਦਿਆਂ 'ਤੇ ਸਰਕਾਰ ਦਾ ਪੱਕ ਕਲੀਅਰ ਨਹੀਂ ਹੈਗਾ, ਇਹ ਵੇਖਣਾ ਪਊਗਾ। ਪੁਲਿਸ ਕੇਸ 'ਤੇ ਵੀ ਕੱਲ੍ਹ ਖੇਤੀਬਾੜੀ ਮੰਤਰੀ ਤੋਮਰ ਨੇ ਕਹਿ ਦਿੱਤਾ ਕਿ ਸੂਬਿਆਂ ਦਾ ਮਸਲਾ ਹੈਗਾ। ਆ ਠੀਕ ਹੈ, ਉਹਨਾਂ ਦਾ ਜਿਹੜਾ ਪੱਤਰ ਲਿਖਿਆ ਉਹਦੇ 'ਚ ਤਾਂ ਉਹਨਾਂ ਮੰਨਿਆ ਹੋਇਆ, ਤਾਂ ਜਿੱਧਰ ਤੁਸੀਂ ਇਸ਼ਾਰਾ ਕਰਨਾ ਚਾਹੁੰਦੇ ਹੋ ਗੱਲ ਠੀਕ ਹੈ, ਹੁਣ ਦੇਖਦੇ ਹਾਂ ਕੀ ਕਰਦੇ ਆ। ਪਰ ਮੇਰਾ ਕਹਿਣਾ ਵੀ ਇੱਕ ਤਰੀਕਾ ਤਾਂ ਸਾਨੂੰ ਆ ਗਿਆ ਨਾ, ਜੇ ਅਸੀਂ ਦਰੀਆਂ ਵਿਛਾ ਕੇ ਦਿੱਲੀ ਨੂੰ ਘੇਰ ਕੇ ਪੂਰੀ ਦੁਨੀਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ, ਜੇ ਮੋਦੀ ਜਿਹਨੂੰ ਕਹਿੰਦੇ ਸੀ ਵੀ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਦਾ ਬੈਕਰ ਨਹੀਂ, ਜੇ ਅਸੀਂ ਉਹਨੂੰ ਥੱਲੇ ਸੁੱਟ ਲਿਆ, ਜੇ ਭੱਜਣਗੇ ਤਾਂ ਭਾਈ ਨਾ ਤਾਂ ਸਾਥੋਂ ਦਰੀ ਮੁੱਕੀ ਆ, ਨਾ ਪੰਜਾਬ ਹਰਿਆਣਾ ਦੇ ਲੋਕ ਥੱਕੇ ਆ, ਨਾ ਦੇਸ਼ ਥੱਕਾ ਵਾ, ਆਵਾਂਗੇ ਕੋਈ ਗੱਲ ਨਹੀਂ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈਗਾ ਕਿ 15 ਜਨਵਰੀ ਨੂੰ ਫਿਰ ਤੋਂ ਬੈਠਕ ਹੋਵੇਗੀ, ਤੁਹਾਡੀ ਜਥੇਬੰਦੀ ਦਾ ਕੀ ਜਿਹੜਾ ਇਸ 'ਤੇ ਰੁੱਖ ਹੈ? ਦੇਖੋ, ਆਪਾਂ ਕਲੀਅਰ ਕੱਟ ਰਿਹਾ ਵੀ ਕੋਈ ਫੈਸਲਾ ਕਰੇ, ਸਵਾਲ ਤਾਂ ਹੈਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ, ਕਿਸਾਨ ਮਜ਼ਦੂਰ ਲਹਿਰ 'ਚ ਹੈ, ਸਾਡੇ ਫਾਇਦੇ 'ਚ ਹੈ, ਲੜਾਂਗੇ, ਦੇਖਦੇ ਹਾਂ ਕੀ ਕਰਨਾ। ਸਵਾਲ ਤਾਂ ਇਹ ਹੈਗਾ ਵੀ ਆਪਾਂ ਨੂੰ ਵੀ ਜੇ ਹੁਣ ਕੋਈ ਹਿੱਸੇ ਇਲੈਕਸ਼ਨ 'ਚ ਨਹੀਂ ਜਾਂਦੇ ਹੈਗੇ, ਫਿਰ ਤਾਂ ਸੰਘਰਸ਼ ਜਾਰੀ ਰਹੇਗਾ, ਚੱਲ ਹਰ ਇੱਕ ਦੀ ਡੈਮੋਕ੍ਰੇਸੀ ਹੈ। ਜੇ ਵੱਡੇ ਹਿੱਸੇ ਇਲੈਕਸ਼ਨਾਂ 'ਚ ਜਾ ਕੁੱਦੇ, ਜਾਂ ਜੋ ਨੈਰੇਟਿਵ ਮੀਡੀਆ ਬਣਾਉਣ ਦਾ ਯਤਨ ਕਰ ਰਿਹਾ ਵੀ ਇਲੈਕਸ਼ਨਾਂ 'ਚ ਜਾ ਕੇ ਜੀ ਗੰਦ 'ਚ ਜਾ ਕੇ ਇਹ ਜੀ ਇਹ ਸਾਫ਼ ਹੋਣਾ, ਐਂ ਨਹੀਂ ਹੈਗਾ। ਜੇ ਅਸੀਂ ਕਹੀਏ ਅੱਜ ਜੇ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਹੁੰਦੇ, ਸਾਨੂੰ 262 MP ਚਾਹੀਦੇ ਸੀ, ਪਹਿਲਾਂ ਉਹ ਜਿੱਤਦੇ, ਅੱਧੇ ਭਾਰਤ ਦੀਆਂ ਸੂਬਿਆਂ ਦੀਆਂ ਚੋਣਾਂ ਜਿੱਤੇ ਫਿਰ ਕਾਨੂੰਨ ਰੱਦ ਕਰਾਉਂਦੇ। ਇਹ ਕਾਨੂੰਨ ਰੱਦ MP MLA ਬਣ ਕੇ ਨਹੀਂ, ਸੜਕਾਂ 'ਤੇ ਦਰੀਆਂ ਵਿਛਾ ਕੇ ਲੋਕ ਲਹਿਰ ਦੇ ਨਾਲ ਹੱਲ ਹੋਇਆ, ਤਾਂ ਸਾਡਾ ਉਹੀ ਯਕੀਨ ਹੈ, ਟਾਰਗੇਟ ਦੇਖਦੇ ਹੁਣ ਕੀ ਬਣਦਾ ਫਿਰ ਸਾਰਾ ਖਾ। ਕਿ ਤੁਹਾਡਾ ਸਟੈਂਡ ਹੈ ਜਿਹੜਾ ਉਹ ਕਲੀਅਰ ਹੈ ਇਲੈਕਸ਼ਨ ਨੂੰ ਲੈ ਕੇ, ਸਿਆਸਤ ਨੂੰ ਲੈ ਕੇ, ਕਿ ਤੁਹਾਡੀ ਜਥੇਬੰਦੀ ਨਹੀਂ ਜਾਊਗੀ? ਬਿਲਕੁਲ ਨਹੀਂ, ਪਿਛਲੇ 75 ਸਾਲਾਂ ਦੇ ਤਜਰਬੇ ਫੇਲ ਹੋਏ ਨੇ। ਆਸਾਮ ਦੀ ਸਟੂਡੈਂਟ ਲਹਿਰ ਸਿੱਧੀ ਸਰਕਾਰ ਬਣਾ ਗਈ, ਪੱਛਮੀ ਬੰਗਾਲ ਵਿੱਚ ਕਾਮਰੇਡ 35 ਸਾਲ ਤੋਂ ਕਾਬਜ ਨੇ, ਉਹਨਾਂ ਦਾ ਇਨਕਲਾਬ ਤਾਂ ਅਸੀਂ ਦੇਖ ਲਿਆ, ਜਾਂ ਕਿਸਾਨਾਂ ਦੇ ਤਜਰਬੇ ਵੀ ਅਸੀਂ ਮਹਾਰਾਸ਼ਟਰ ਹਰਿਆਣਾ 'ਚ ਫੇਲ ਹੁੰਦੇ ਦੇਖੇ ਆ, ਫਿਰ ਸਾਨੂੰ ਤਾਂ ਪੂਰਾ ਯਕੀਨ ਹੈ ਚਿਹਰੇ ਬਦਲਿਆ। ਹੁਣ ਕੋਈ ਸਾਨੂੰ ਦੱਸੇ ਵੀ ਪੰਜਾਬ ਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੈਂ ਕੀ ਕਰ ਦੂੰ? ਹੁਣ ਪੰਜਾਬ ਸਰਕਾਰ ਕੋਲ ਕੀ ਅਧਿਕਾਰ ਹੈ ਵੀ ਕੇਂਦਰ ਤੱਕ ਕਾਨੂੰਨ ਬਦਲ ਕੇ ਵਿਖਾਲੇ ਸਨ? ਤਾਂ ਫਿਰ ਝੂਠੀਆਂ ਗੱਲਾਂ, ਜਿਹੜੀ ਵਿਵਸਥਾ ਉਹ ਤਾਂ ਉਹੀ ਆ, ਕਾਰਪੋਰੇਟ ਪੱਖੀ ਨੀਤੀਆਂ ਤਾਂ ਸਾਰੀਆਂ ਸਰਕਾਰਾਂ ਲਾਗੂ ਕਰ ਰਹੀਆਂ, ਕਿਸੇ ਕੋਲ ਕੋਈ ਰੋਡ ਮੈਪ ਨਹੀਂ ਹੈ। ਲਿਆ ਹੁਣ ਕੋਈ ਵੀ ਲੀਡਰ ਆਉਂਦਾ ਖੇਤੀ ਪਾਲਿਸੀ ਦੱਸੇ ਸਾਨੂੰ ਵੀ ਕਿਹੜੀ ਖੇਤੀ ਪਾਲਿਸੀ ਹੈ, ₹3.5 ਲੱਖ ਕਰੋੜ ਪੰਜਾਬ ਦੇ ਸਿਰ ਕਰਜ਼ਾ ਵਾ, ₹1.5 ਲੱਖ ਕਰੋੜ ਕਿਸਾਨਾਂ ਸਿਰ ਕਰਜ਼ਾ, ਕਿਵੇਂ ਹੱਲ ਕਰੂ, ਕਿਹੜੇ ਸੋਰਸਾਂ ਤੋਂ ਇਨਕਮ ਲਿਆਓ? ਗੱਲਾਂ ਨਾਲ ਥੋੜ੍ਹੀ ਕੁਛ ਹੁੰਦਾ, ਅਸਲ ਵਿੱਚ ਪੰਜਾਬ ਦੇ ਪੰਜਾਬ ਮਿਸ਼ਨ ਕਹਿਣਾ ਸੌਖਾ ਵਾ, ਪੰਜਾਬ ਮਿਸ਼ਨ ਵਾਸਤੇ ਫਾਰਮੂਲਾ ਕੋਈ ਨਹੀਂ, ਰਾਜਨੀਤੀ ਮੈਟੋਮੈਟਿਕ ਆ,
ਉਹਨੂੰ ਤੁਸੀਂ ਅੰਕੜੇ ਸ਼ਾਇਦ ਰੱਖੋਗੇ ਤਾਂ ਲੋਕ ਤੁਹਾਨੂੰ ਸਮਝਣਗੇ ਵੀ ਇਹ ਚੀਜ਼ ਇੱਥੋਂ ਪੈਸਾ ਲਿਆਉਣਗੇ, ਇੱਥੇ ਲਾਉਣਗੇ, ਕਿਹੜੀਆਂ ਚੋਰ ਮੋਰੀਆਂ ਬੰਦ ਕਰਨਗੇ। ਤਾਂ ਸਾਨੂੰ ਜੋ ਦਿਖਦਾ ਵਾ ਕੋਈ ਗੱਲ ਨਹੀਂ, ਹੁਣ ਜਿਹੜੇ ਅੰਦੋਲਨ ਨੇ ਰਾਹ ਵਿਖਾਇਆ ਬੜਾ ਸ਼ਾਨਮਈ ਆ, ਜਿਵੇਂ ਲੋਕਾਂ 'ਚ ਭਰੋਸਾ ਵੱਜਾ, ਏਕਤਾ ਵੱਜੀ ਆ, ਜਿਵੇਂ ਸਿੱਖਾਂ ਨੂੰ ਪੂਰੀ ਦੁਨੀਆ 'ਚ ਮਾਣ ਮਿਲਿਆ, ਪੰਜਾਬੀਆਂ ਨੂੰ, ਜਿਵੇਂ ਖਾਲਿਸਤਾਨੀ ਹੁਣ ਭਾਰਤੀਆਂ ਨੂੰ ਲੱਗਾ ਵੀ ਅਸੀਂ ਖਾਲਿਸਤਾਨੀ ਨਹੀਂ ਹੈਗੇ, ਅਸੀਂ ਦੇਸ਼ ਦੇ ਸਭ ਤੋਂ ਵੱਡੇ ਰਾਖੇ ਹੈਗੇ। ਤਾਂ ਜਿਹੜਾ ਮਰਾਲ ਆ ਹੁਣ ਦੇਸ਼ ਸਾਡੇ ਨਾਲ ਵੱਧ ਖੜੂਗਾ, ਵੱਧ ਲੜੂਗਾ, ਅਤੇ ਦੇਸ਼ ਸਾਡੇ ਨਾਲ ਖੜੂਗਾ ਲੜੂਗਾ ਤਾਂ ਅਸੀਂ ਮੋਦੀ ਨੂੰ ਨਹੀਂ ਭਾਈ ਅੱਗੇ ਆਉਣ ਦਿੰਦੇ। ਯੰਗ, ਤੁਸੀਂ ਖੇਤੀ ਪਾਲਿਸੀ ਦੀ ਗੱਲ ਕੀਤੀ ਹੈ ਤਾਂ ਇਸ ਸੰਘਰਸ਼, ਇਹੋ ਜਿਹਾ ਸੰਘਰਸ਼ ਕਰਕੇ ਤੁਸੀਂ ਪਾਲਿਸੀ ਹੈ ਜਿਹੜੀ ਉਹ ਵੀ ਬਦਲਣ ਦੀ ਤਾਕਤ ਰੱਖਦੇ ਹੋ, ਕੀ ਲੱਗਦਾ ਤੁਹਾਨੂੰ? ਕਿਉਂ ਨਹੀਂ, ਜੇ ਖੇਤੀ ਦੇ 3 ਕਾਨੂੰਨ ਇਕੱਲੇ ਮੋਦੀ ਸਰਕਾਰ ਦੇ ਨਹੀਂ, ਇਹ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਵਾਂ ਜਿਹਨੂੰ ਅਸੀਂ ਪੁੱਠਾ ਗੇੜਾ ਦਿੱਤਾ। ਪੂਰੇ ਵਰਲਡ ਦੇ ਵਿੱਚ ਵਿਸ਼ਵ ਵਪਾਰ ਸੰਸਥਾ ਦੀ ਹਾਰ ਹੋਈ ਆ, ਅਮਰੀਕਾ, ਯੂਰਪ ਨਹੀਂ ਉਹਨਾਂ ਗਾੜੀ ਖੜੇ ਹੋ ਗਏ, ਅਸੀਂ ਖੜੇ ਹਾਂ ਤੀਜੀ ਦੁਨੀਆ ਦੇ ਲੋਕ। ਤਾਂ ਇਹ ਨਹੀਂ ਆ, ਸਵਾਲ ਹੈਗਾ ਵੀ ਅਸੀਂ ਉਸੇ ਤਰ੍ਹਾਂ ਏਕਤਾ ਰੱਖਦੇ ਹਾਂ, ਉਸੇ ਤਰ੍ਹਾਂ ਅਸੀਂ ਚੱਲਦੇ ਰਹਿੰਦੇ ਹਾਂ, ਫਿਰ ਜੇ ਅਸੀਂ ਅਮਲਦਾਰੀ ਕਰਦੇ ਰਹੇ ਜਿਹੜੀਆਂ ਮੰਗਾਂ ਰਹਿ ਗਈਆਂ ਫਿਰ ਅਸੀਂ ਲੈ ਜਾਵਾਂਗੇ। ਪਰ ਇਹ ਤਾਂ ਇਹ ਵੀ ਕਿਹਾ ਜਾ ਰਿਹਾ ਨਾ ਕਿ ਮੋਦੀ ਸਰਕਾਰ ਨੇ ਜਿਹੜੀ ਇਹ ਵੱਡੇ ਉਦਯੋਗਪਤੀਆਂ ਦੇ ਨਾਲ ਸਮਝੌਤਾ ਕੀਤਾ ਸੀ ਉਹ ਨਹੀਂ ਹੁਣ ਤੋੜ ਸਕਦੀ, ਕਿਸੇ ਨਾ ਕਿਸੇ ਰੂਪ ਦੇ ਵਿੱਚ 3 ਕਾਨੂੰਨ ਫਿਰ ਤੋਂ ਲਿਆਂਦੇ ਜਾਣਗੇ, ਤੁਹਾਡੇ ਸਿਰ 'ਤੇ ਥੋਪੇ ਜਾਣਗੇ, ਗੈਟ ਨੂੰ ਤੁਸੀਂ ਬਦਲ ਨਹੀਂ ਸਕਦੇ। ਠੀਕ, ਦੇਖੋ ਕੋਈ ਵੀ ਨਾਮੁਮਕਿਨ ਹੈ ਦੁਨੀਆ ਦੇ ਵਿੱਚ, ਕੁਛ ਵੀ ਗੈਟ ਹੋਵੇ ਜਾਂ ਕੁਛ ਵੀ, ਹਾਂ ਠੀਕ ਹੈ, ਉਹਦੇ ਲਈ ਤਾਕਤ ਬਹੁਤ ਹੈ। ਦੇਖੋ ਨਾ, ਸਾਡੇ ਲਈ ਤਾਂ ਬਹੁਤ ਕਾਰਜ ਨੇ ਨਾ ਕੱਢਣ ਵਾਲੇ, ਭਾਵੇਂ ਪੰਜਾਬ ਸਭ ਤੋਂ ਵੱਧ ਲੜਿਆ, ਪੰਜਾਬ ਵਿੱਚ ਸਾਰੀਆਂ ਜਥੇਬੰਦੀਆਂ ਆ ਜਾਣ, 15% ਤੋਂ ਵੱਧ ਪੰਜਾਬ ਜਥੇਬੰਦ ਨਹੀਂ ਹੈਗਾ, ਇਹਦਾ ਮਤਲਬ 85% ਤਾਂ ਗੈਰ ਜਥੇਬੰਦ ਨੇ ਸਾਡੇ ਨਾਲ, ਜਥੇਬੰਦ ਕਰਨ ਦੀ ਲੋੜ ਆ। ਦੇਸ਼ ਪੂਰਾ ਕਿੰਨਾ ਪਿਆ, ਦੇਸ਼ ਦਾ 1% ਹਿੱਸਾ ਸਿੱਧਾ ਸਿੱਧਾ ਸਾਡੇ ਨਾਲ ਆਇਆ ਹੋ, ਅਤੇ ਇਹਦਾ ਮਤਲਬ ਕਿੱਡੀ ਵੱਡੀ ਕਿਸਾਨੀ ਆ। ਹੁਣ ਸਾਡਾ ਟੱਬਰ ਬਹੁਤ ਵੱਡਾ ਵਾ, ਜੇ ਗੈਟ ਵੱਡਾ ਵਾ, ਸਾਡੇ ਕੋਲ ਤਾਂ 80-85 ਕਰੋੜ ਲੋਕ ਆ, 1 ਕਰੋੜ ਲੋਕ ਨਹੀਂ ਗਏ ਤਾਂ ਸਰਕਾਰ ਹਿੱਲ ਗਈ ਆ। ਜਿੱਦਣ ਅਸੀਂ ਇਹਨਾਂ ਨੂੰ ਜਥੇਬੰਦ ਕਰਕੇ ਬਣਾਵਾਂਗੇ ਕੀ, ਸਵਾਲ ਆ, ਸਾਡੇ ਕੋਲ ਵੀ ਤਾਕਤ ਬਹੁਤ ਆ, ਸਾਡੀ ਤਾਕਤ ਖਿੰਡੀ ਬੁੰਡੀ ਆ, ਇਹਨੂੰ ਇਕੱਠਾ ਕਰਨ ਦੀ ਲੋੜ ਆ। ਪਰ ਜਿਹੜੀ ਤਾਕਤ ਹੁਣ ਬਣੀ ਹੈ, ਜ਼ਾਹਿਰ ਤੌਰ 'ਤੇ ਬਹੁਤ ਵੱਡੀ ਤਾਕਤ ਜਿਹੜੀ ਤੁਹਾਡੀ ਦਿਸ ਰਹੀ ਹੈ, ਅੱਜ ਕਿਸਾਨ ਹੈ ਜਿਹੜਾ ਉਹ ਦੇਸ਼ ਦੇ ਵਿੱਚ ਹੀਰੋ ਹੈ, ਜੇ ਹੁਣ ਆਉਂਦਾ ਕਿਸਾਨ ਕਿਤੇ ਢਾਬੇ 'ਤੇ ਵੀ ਰੋਟੀ ਖਾਣ ਬਹਿੰਦਾ, ਲੋਕ ਖੜ ਕੇ ਸਲੂਟ ਕਰ ਰਹੇ ਨੇ, ਉਹ ਅਸੀਂ ਦੇਖ ਰਹੇ ਹਾਂ। ਅਤੇ ਇਹ ਜਿਹੜੀ ਤਾਕਤ ਹੈਗੀ ਹੈ, ਦੂਸਰੇ ਲੀਡਰ ਕਹਿੰਦੇ ਕਈ ਕਾਲੇ ਨੇ ਸਿਆਸਤ ਦੇ ਵਿੱਚ ਉਹਨੂੰ ਲਿਜਾਣ ਦੇ ਲਈ, ਅਤੇ ਤੁਹਾਡਾ ਫਿਰ ਕੀ ਸਟੈਂਡ ਰਹੂਗਾ, ਵਿਰੋਧ ਕਰੋਗੇ ਜੇ ਜਾਂਦੇ ਨੇ ਲੀਡਰ, ਕਿਉਂਕਿ ਪੰਜਾਬ 'ਚ ਚੋਣਾਂ ਸਿਰ 'ਤੇ ਨੇ, ਕੁਛ ਨਾ ਕੁਛ ਤਾਂ ਹੋਊਗਾ ਜ਼ਰੂਰ? ਅਸੀਂ ਦੇਖੋ, ਕਿਸਾਨ ਮਜ਼ਦੂਰ ਲਹਿਰ ਦਾ ਵਿਕਾਸ, ਆਮ ਜਨਤਾ ਦਾ ਵਿਕਾਸ ਇਲੈਕਸ਼ਨ ਜਿੱਤ ਕੇ ਨਹੀਂ ਚਾਹੁੰਦੇ। ਅਸੀਂ ਕੱਲ੍ਹ ਵੀ ਮੁੱਦਿਆਂ 'ਤੇ ਰਾਜਨੀਤੀ ਕਰਦੇ ਸੀ, ਪਰਸੋਂ ਵੀ ਇਹੀ ਕਰਾਂਗੇ। ਜਿਹੜੇ ਮੁੱਦੇ ਪੰਜਾਬ ਦੇ ਰਹਿੰਦੇ ਨੇ, ਦੇਸ਼ ਦੇ ਰਹਿੰਦੇ ਨੇ, ਉਹਨਾਂ ਨੂੰ ਚੱਕਾਂਗੇ। ਜਿਹੜੇ ਹਕਮਰਾਨ ਨੇ ਉਹਨਾਂ ਨੂੰ ਮਜਬੂਰ ਕਰਾਂਗੇ, ਉਹ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਵੇ, ਕੋਈ ਸਹੀ ਗੱਲ ਕਰਨ, ਲੋਕਾਂ ਦੀ ਚੇਤਨਾ ਵਧੀ, ਉਹਦੀ ਚੇਤਨਾ ਨੂੰ ਹੋਰ ਵਧਾਵਾਂਗੇ। ਪਰ ਜੇ ਹੁਕਮਰਾਨ ਹੀ ਸਹੀ ਆ ਜਾਣ, ਤੁਹਾਡੇ ਵਰਗੇ ਆ ਜਾਣ, ਤਾਂ ਉਹ 'ਚ ਦਿੱਕਤ ਕੀ ਹੈ? ਮੈਂ ਤਾਂ ਉਹੀ ਕਿਹਾ ਵੀ ਮੈਨੂੰ ਬਣਾ ਲਓ ਮੁੱਖ ਮੰਤਰੀ, ਮੈਂ ਕੀ ਦੇਸ਼ ਦਾ ਸੰਵਿਧਾਨ ਬਦਲ ਦੂੰ? ਮੈਂ ਤਾਂ ਉਹੀ ਕਿਹਾ ਵੀ ਪੰਜਾਬ ਕੋਲ ਅਧਿਕਾਰ ਕੀ ਹੈਗੇ ਆ, ਫਿਰ ਕਿੱਥੋਂ ਸ਼ੁਰੂ ਕਰਾਂਗੇ ਲੜਾਈ? ਵਿਵਸਥਾ ਤਾਂ ਤੁਹਾਡੀ ਉਹੀ ਆ ਨਾ, ਜਿਹੜੀ ਵਿਵਸਥਾ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਮੈਂ ਥੋੜ੍ਹਾ ਜਦੋਂ ਤੁਸੀਂ ਸਿਸਟਮ 'ਚ ਜਾਓਗੇ, ਭਾਵੇਂ ਕਿੱਡੇ ਵੱਡੇ ਅਫਸਰ ਹੋ ਚਾਹੇ, ਉਹ ਸਿਸਟਮ ਦੇ ਅਧੀਨਗੀ ਕਬੂਲ ਕਰਨੀ ਪੈਣੀ, ਤੁਸੀਂ ਸਿਸਟਮ ਤੋਂ ਖਿਲਾਫ ਨਹੀਂ ਜਾ ਸਕਦੇ। ਪੰਜਾਬ ਦਾ ਮੁੱਖ ਮੰਤਰੀ ਤੁਸੀਂ ਕਹਿ ਰਹੇ ਹੋ ਕਿ ਪਾਵਰਲੈਸ ਹੈ, ਅਤੇ ਪ੍ਰਧਾਨ ਮੰਤਰੀ ਕੋਲ ਤਾਂ ਪਾਵਰ ਹੈ। ਕਿਉਂ ਨਹੀਂ, ਉਹ ਵੀ ਪਰ ਕਿੰਨਾ ਸਮਾਂ ਲੱਗੂ ਹਾਲੇ? ਚਲੋ ਇਹ ਵੀ ਮੰਨ ਲਈਏ ਤਾਂ ਹੋਣਾ ਨਹੀਂ, ਪਰ ਜੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਅਸੀਂ ਨਹੀਂ ਬਦਲਾਉਣੇ ਹੈਗੇ, ਕੋਈ ਲਹਿਰ ਬਣ ਗਈ ਵੱਖਰੀ ਗੱਲ, ਕਾਰਪੋਰੇਟ ਘਰਾਣਿਆਂ ਨੇ ਬਣਾਉਣੇ ਹੈਗੇ, ਉਹ ਦੇਖਣ ਕਿ ਉਹਨਾਂ ਅਰਬਾਂ ਰੁਪਈਏ ਤਾਂ ਉਹਨਾਂ ਦੇ ਮਗਰ ਲੱਗੇ ਆ। ਐਂ ਨਹੀਂ ਕਿ ਵੀ ਮੋਦੀ ਪਿੱਛੇ ਹਟਿਆ, ਉਹਨਾਂ ਨੇ ਪਿੱਛੇ ਹਟਾ ਲਿਆ, ਸ਼ਾਇਦ ਮੋਦੀ ਜੀ ਕੋ ਕੰਮ ਲੈਣੇ ਨੇ, ਮੋਦੀ ਜੀ ਦਾ ਅਸੀਂ ਮੂੰਹ ਕਾਲਾ ਕਰਤਾ, ਉਹਨਾਂ ਲੱਗਦਾ ਸੀ ਇਹ ਬੰਦਾ ਗਵਾ ਲਿਆ, ਅਤੇ ਜਿਹੜਾ ਕੰਮ ਅਸੀਂ ਹਜੇ ਕਰਵਾਉਣਾ ਉਹ ਸ਼ਾਇਦ ਰਹਿ ਜਾਵੇ, ਤਾਂ ਉਹਨਾਂ ਨੂੰ ਬਚਾ ਲਿਆ ਵੀ ਪਿੱਛੇ ਆ ਜਾ ਭਾਈ, ਤੇਰੇ ਕੋਲ ਹੋਰ ਕੰਮ ਲੈਣੇ ਆ। ਅਸੀਂ ਜਿੱਦਾਂ ਤੁਸੀਂ ਕਹਿੰਦੇ ਵੀ ਹੋਰ ਕੋਈ ਦੇਸ਼ ਵੇਚਣਾ ਵਾ, ਚੱਲ ਇੱਧਰੋਂ ਕਿਸਾਨ ਨਹੀਂ ਹੁੰਦੇ ਅਤੇ ਉੱਧਰ ਦੇਸ਼ ਵੇਚੀ ਜਾਂਦੇ ਹਾਂ, ਬਹੁਤ ਇਹ ਚੀਜ਼ ਵੇਚਣ ਨੂੰ ਹੈਗਾ। ਜਿਵੇਂ ਬੈਂਕਿੰਗ ਸੈਕਟਰ ਦੇ ਵਿੱਚ ਉਹਨੇ ਕਿਹਾ ਵੀ ਅਸੀਂ 5 ਲੱਖ, ਤਾਂ ਹੁਣ ਦੱਸੋ ਬੈਂਕ ਦੇ ਵਿੱਚ ਕਿਸੇ ਦਾ 1 ਕਰੋੜ ਰੁਪਇਆ ਡੁੱਬ ਜੇ, ਤੁਸੀਂ 5 ਲੱਖ ਦੇ ਕੇ ਕਿਹੜੇ ਕਾਨੂੰਨ ਲੈ ਕੇ ਆ ਰਹੇ ਹੋ? ਤਾਂ ਨਿੱਜੀਕਰਨ ਦੀ ਨੀਤੀ ਨਹੀਂ ਰੁਕੀ ਹੈਗੀ, ਉਹ ਪੂਰੀ ਤਰ੍ਹਾਂ ਜਾ ਰਹੀ ਹੈ। ਸਭ ਕੁਛ ਕੁ ਕਿਸਾਨ ਜਿਹੜੇ, ਕੁਛ ਨਹੀਂ ਆਪਾਂ ਕਹਿ ਸਕਦੇ, ਵੱਡਾ ਹਿੱਸਾ ਇਸ ਗੱਲ ਦਾ ਮਲਾਲ ਉਹਨਾਂ ਦੇ ਮਨ 'ਚ ਹੈ ਕਿ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਨਹੀਂ ਤੁਸੀਂ ਲੈ ਸਕੇ, ਇਸ ਗੱਲ 'ਤੇ ਕਿਸਾਨ ਲੀਡਰ ਸਮਝੌਤਾ ਕਰ ਗਏ ਨੇ। ਦੇਖੋ ਇਹ ਮਹਾਨ ਅੰਦੋਲਨ ਦੀ ਮਹਾਨ ਪ੍ਰਾਪਤੀ ਹੈ, ਇੱਕ ਫੈਕਟਰ ਹੈਗਾ। ਹਾਂ, ਕਈ ਮੰਗਾਂ 'ਤੇ ਸਮੱਸਿਆਵਾਂ ਰਹੀਆਂ ਨੇ, ਸਵਾਲ ਹੈ ਸਾਡਾ ਏਕਾ ਰਹੇ, ਸਾਡੀ ਗੱਲ, ਅਸੀਂ ਆਪਣੀ ਜਥੇਬੰਦੀਆਂ ਨੂੰ ਕਲੀਅਰ ਕੱਟ ਕਰਕੇ ਰੱਖਿਆ ਸੀ ਵੀ ਜੇ ਲੜਨਾ ਚਾਹੋ ਤਾਂ ਅਸੀਂ ਨਾਲ ਖੜ੍ਹੇ ਹਾਂ, MSP 'ਤੇ ਲੜਨਾ ਚਾਹੋ ਤਾਂ ਅਸੀਂ ਖੜ੍ਹੇ ਹਾਂ, ਅਸੀਂ ਲੜਾਂਗੇ। ਹੁਣ ਦਿੱਲੀ ਵਰਗੇ ਅੰਦੋਲਨ 'ਚ ਇਕੱਲੇ ਘਰੇ ਦੀ ਗੱਲ ਨਹੀਂ ਹੁੰਦੀ, ਸਾਰੇ ਸਮੂਥਲੀ ਜੋ ਫੈਸਲਾ ਉਹਦੇ ਨਾਲ ਤੁਹਾਨੂੰ ਖੜ੍ਹਨਾ ਪੈਂਦਾ। ਤਾਂ ਕੱਲ੍ਹ ਨੂੰ ਕੋਈ ਕਹੂਗਾ ਵੀ ਆਹ ਮਸਲੇ ਰਹੇ ਤਾਂ ਅਸੀਂ ਕਹਾਂਗੇ ਵੀ ਅਸੀਂ ਤਾਂ ਬਈ ਕਿਹਾ ਸੀਗਾ ਵੀ ਲੜਨ ਵਾਲਿਆਂ 'ਚੋਂ ਹਾਂ, ਹੁਣ ਜੇ ਸਾਰਾ ਦੇਸ਼ ਖੜੂਗਾ ਤਾਂ ਅਸੀਂ ਲੜਾਂਗੇ, ਨਹੀਂ ਤਾਂ ਦੇਖਦੇ ਕੜੀ ਹੁੰਦਾ। ਦੇਖੋ ਦੇਰ ਹੋ ਸਕਦੀ, ਨੇਰ ਨਹੀਂ ਹੈਗੀ, ਅਸੀਂ ਆਪਣੇ ਪੱਧਰ 'ਤੇ 20 ਨੂੰ ਸਾਡਾ ਰੇਲ ਰੋਕੋ ਚੱਲਣਾ ਵਾ, 2 ਦਿਨ ਅੱਜ ਵੀ ਅਸੀਂ ਆਪਾਂ
ਤੇ ਬਨੇਰ ਸਾਹਿਬ ਇੱਕ ਮੈਂ ਹੋਰ ਸਵਾਲ ਜ਼ਰੂਰ ਪੁੱਛਾਂਗੀ 26 ਜਨਵਰੀ ਤੋਂ ਬਾਅਦ 27 ਜਨਵਰੀ ਨੂੰ ਤੁਹਾਡੇ ਬਾਰੇ ਐਸਕੇਐਮ ਦੀ ਸਟੇਜ ਤੋਂ ਬਹੁਤ ਕੁਝ ਬੋਲਿਆ ਗਿਆ ਬਹੁਤ ਇਲਜ਼ਾਮ ਲਾਏ ਗਏ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਸਾਖ ਨੂੰ ਜਾਂ ਫਿਰ ਤੁਹਾਡੇ ਅੰਦੋਲਨ ਨੂੰ ਤੁਹਾਡੇ ਮੋਰਚੇ ਨੂੰ ਕੋਈ ਧੱਕਾ ਲੱਗਿਆ ਕਿ ਕਿਵੇਂ ਰਿਹਾ ਉਹ ਜਿਹੜਾ ਕਹਿੰਦੇ ਨੇ ਕਿ ਉਸ ਤੋਂ ਬਾਅਦ ਅਸਲੀ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਹੋਇਆ ਸੀ ਦੇਖੋ ਸਵਾਲ ਤਾਂ ਇਹ ਹੈਗਾ ਵੀ ਸਾਡੀ ਸਾਖ ਨੂੰ ਕੋਈ ਧੱਕਾ ਲੱਗਾ ਹੋਵੇ ਜੇ 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 ਸਾਡੀ ਕੋਈ ਖਰਾਬੀ ਹੋਵੇ ਜਿਹੜੇ ਕਹਿੰਦੇ ਸੀ 2.5 ਲੱਖ ਕਰੋੜ ਡਾਲਰ ਆਇਆ ਅਜੇ ਤੱਕ ਤਾਂ ਦੇ ਨਹੀਂ ਸਕੇ ਸਨ ਨਾ ਤਾਂ ਲਾਤਾ ਜੇ ਮੋਦੀ ਜੀ ਨੂੰ ਕੋਈ NRI ਭਰਾ ਥੋੜ੍ਹੇ ਪੈਸੇ ਵੀ ਭੇਜਦਾ ਤਾਂ ਉਹਨੂੰ ਉਹ ਏਅਰਪੋਰਟ ਤੋਂ ਵਾਪਸ ਕਰ ਸਕਦਾ ਉਹਦਾ ਅੰਦੋਲਨ 'ਚ ਸਾਡੇ ਵਾਲਾ 2.5 ਲੱਖ ਕਰੋੜ ਰੁਪਏ ਤਾਂ ਨਹੀਂ ਕਿੱਥੋਂ ਆਇਆ ਕਿੱਥੇ ਚੱਲਾ ਗਿਆ ਦੇਣ ਅੱਜ ਵੀ ਜੇ ਅਜੇ ਉਹ ਬੋਲਦੇ ਨਹੀਂ ਹੁਣ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਮੈਂ ਝੂਠੇ ਹੈਗੇ ਨੇ ਇਹ ਤਾਂ ਲੋਕਾਂ ਨੇ ਕਿਸੇ ਦੇ ਕਿਹਾ ਕੋਈ ਸਰਦਾਰ ਜਾਂ ਗਰਦਾਰ ਨਹੀਂ ਹੁੰਦਾ ਇਹ ਤਾਂ ਦੁਨੀਆ ਤੈਅ ਕਰਦੀ ਹੁੰਦੀ ਆ ਤਾਂ ਤੁਸੀਂ ਦੇਖ ਰਹੇ ਜੇ ਕੱਲ੍ਹ ਅਸੀਂ ਪੰਜਾਬ ਜਾਣਾ ਉਦੋਂ ਦੇਖ ਲਿਓ ਅਸੀਂ ਤਾਂ ਜਦੋਂ ਚੱਲੇ ਸੀ ਉਦੋਂ ਸਾਡੇ ਕੋਲ 450 ਪਿੰਡ ਸੀਗਾ ਅਸੀਂ ਸ਼ੁਰੂਆਤ ਦੇ ਵਿੱਚ ਜੂਨ 'ਚ ਲੱਗੇ 650 ਪਿੰਡ ਹੋ ਗਿਆ ਹੁਣ 1400 ਪਿੰਡ ਪੰਜਾਬ 'ਚ ਹੋ ਗਿਆ ਸਾਡੇ ਨਾਲ ਤਾਂ ਲੋਕ ਵਧੇ ਆ ਸਾਡੇ ਕੋਲ ਤਾਂ ਇੱਕ ਸਾਡੀ ਕਮਜ਼ੋਰੀ ਕਹਿ ਲਓ ਲੋਕਾਂ ਤੱਕ ਪਹੁੰਚ ਨਹੀਂ ਹੋ ਰਹੀ ਜਿੰਨੇ ਸਾਨੂੰ ਫੋਨ ਆਉਂਦੇ ਤਾਂ ਜੇ ਜੇ ਲੋਕਾਂ 'ਚ ਸਾਡਾ ਵਿਸ਼ਵਾਸ ਆ ਕੱਲ੍ਹ ਨੂੰ ਅਸੀਂ ਪੰਜਾਬ ਦੀਆਂ ਅਸੀਂ ਤਾਂ ਨਹੀਂ ਕਹਿੰਦੇ ਅਸੀਂ ਥੱਕੇ ਆਏ ਹਾਂ ਅਸੀਂ ਤਾਂ ਕੱਲ੍ਹ ਜਾ ਕੇ ਪੰਜਾਬ ਦੀਆਂ ਰੇਲਾਂ ਘੇਰ ਲੈਣੀਆਂ ਇਹਦਾ ਮਤਲਬ ਲੋਕ ਆ ਸਾਡੇ ਨਾਲ ਤਾਂ ਫਿਰ ਸਾਡਾ ਨੈਰੇਟਿਵ ਕੁਝ ਨਹੀਂ ਹੈਗਾ ਅਸੀਂ ਦੇਖੋ ਪੂਰੀ ਲਹਿਰ 'ਚ ਨਾ ਕਿਸੇ ਕੋਲ ਡਰਦੇ ਹਾਂ ਅਸੀਂ ਹੁਣ ਵੀ ਬੋਲ ਸਕਦੇ ਹਾਂ ਲਹਿਰ ਕਰਕੇ ਨਹੀਂ ਬੋਲਦੇ ਰਹੇ ਜਵਾਬ ਉਹਨਾਂ ਨੂੰ ਵੀ ਦੇ ਸਕਦੇ ਹਾਂ ਪਰ ਸਾਡਾ ਬੇਲੋੜੀ ਦੂਸ਼ਣਬਾਜ਼ੀ ਕਰਨ ਦਾ ਇਸ ਕਿਸਮ ਦਾ ਜਥੇਬੰਦਾ ਵਿਸ਼ਵਾਸ ਨਹੀਂ ਹੈਗਾ ਤੁਹਾਨੂੰ ਕੋਈ ਕੁਛ ਨਹੀਂ ਕਰ ਸਕਦਾ ਜੇ ਤੁਹਾਡੀ ਲਾਈਨ ਸੱਚੀ ਆ ਤੁਹਾਡਾ ਵਿਚਾਰ ਸੱਚਾ ਵਾ ਜੇ ਤੁਸੀਂ ਲੋਕਾਂ ਤੱਕ ਲੜਨ ਵਾਲੇ ਜੇ ਤੁਹਾਨੂੰ ਕੋਈ ਖੇਡ ਨਹੀਂ ਸਕਦਾ ਇਹ ਹੁੰਦਾ ਵਾ ਜੇ ਉਹ ਇੱਕ ਕਹਿ ਵੀ ਅਸੀਂ ਸਰਕਾਰ ਨਾਲ ਰਲੇ ਹੁੰਦੇ ਸਾਡੇ ਸਟੇਜ ਦੇ ਉੱਤੇ ਨਾ ਘੇਰਾ ਕੋਈ ਹੁੰਦਾ ਸਾਡੇ 'ਤੇ ਹਮਲੇ ਕੋਈ ਹੁੰਦੇ ਪੁੱਗ ਦੀ ਸਾਡੀ ਹੁੰਦੀ ਮੋਦੀ ਜੀ ਨਾਲ ਸਾਡੀਆਂ ਗੱਲਾਂ ਹੁੰਦੀਆਂ ਮੋਦੀ ਸਾਡੇ ਨਾਲ ਗੱਲ ਕਰਦਾ ਜੇ ਸਰਕਾਰ ਦੇ ਹੁੰਦੇ ਤਾਂ ਇਹ ਤਾਂ 26 ਜਨਵਰੀ ਨੂੰ ਫੋਨ ਕਾਲਸ ਕੱਢ ਲੈਣੀਆਂ ਚਾਹੀਦੀਆਂ ਵੀ ਰਾਜਨਾਥ ਸਿੰਘ ਦੇ ਜਾਂ ਅਮਿਤ ਸ਼ਾਹ ਦੇ ਫੋਨ ਕਿੰਨਾਂ ਨੂੰ ਆਏ ਕਿੰਨਾਂ ਨੇ ਕਿੰਨੀ ਵਾਰ ਗੱਲ ਕੀਤੀ ਇਹ ਤਾਂ ਸੱਚ ਸਾਹਮਣੇ ਉਸ ਦਿਨ ਸਰਕਾਰ ਤਾਂ ਆਪਣੀ ਚਾਲ 'ਚ ਥੋੜ੍ਹੀ ਕਾਮਯਾਬ ਹੋ ਗਈ ਸੀ ਨਾ ਜੋ ਉਹਨੇ ਖਰਾਬ ਕਰਤਾ ਸੀਗਾ ਮਾਹੌਲ ਕਿ ਤੁਹਾਨੂੰ ਅਲੱਗ ਰੂਟ 'ਤੇ ਤੁਸੀਂ ਗਏ ਅਤੇ ਉਹਨਾਂ ਨੇ ਅਲੱਗ ਰੂਟ 'ਤੇ ਉਹ ਜਿਹੜਾ ਫੈਸਲਾ ਵੱਖਰਾ ਵੱਖਰਾ ਸੀ ਉਹਦਾ ਨੁਕਸਾਨ ਤਾਂ ਕਿਤੇ ਨਾ ਕਿਤੇ ਹੋਇਆ ਅਸੀਂ ਕੋਈ ਅਲੱਗ ਰੂਟ 'ਤੇ ਨਹੀਂ ਗਏ ਅਸੀਂ ਲੋਕਾਂ ਦੀ ਲਹਿਰ 'ਤੇ ਲੋਕਾਂ ਦੀ ਮੰਗ ਦੀ ਰੂਟ 'ਤੇ ਗਏ ਹਾਂ ਨਾ ਸਾਡਾ ਲਾਲ ਕਿਲੇ ਵਾਲੇ ਘਟਨਾ ਨਾਲ ਕੋਈ ਸੰਬੰਧ ਸੀ ਸਧਾਰਨ ਲੋਕ ਸੀਗੇ ਉਹ ਸਾਰਾ ਕੁਝ ਹੋਇਆ ਦੇਸ਼ ਜਾਂਦਾ ਅਸੀਂ ਰਿੰਗ ਰੋਡ ਵਾਲੇ ਸੀ ਅੱਜ ਵੀ ਕਹਿੰਦੇ ਰਿੰਗ ਰੋਡ ਵਾਲੇ ਪੰਜਾਬ ਵਿੱਚ ਤਾਂ ਲਾਲ ਕਿਲੇ ਵਾਲੀ ਘਟਨਾ ਨੂੰ ਮਾਨਣਾ ਦੇਖਿਆ ਜਾਂਦਾ ਜੇ ਅਸੀਂ ਝੂਠ ਮਾਰਨਾ ਤਾਂ ਅੱਜ ਝੂਠ ਮਾਰ ਲਈਏ ਵੀ ਅਸੀਂ ਲਾਲ ਕਿਲੇ ਵਾਲੇ ਹਾਂ ਨਹੀਂ ਜੋ ਨਹੀਂ ਸੀਗਾ ਸਾਡਾ ਨਹੀਂ ਜੋ ਸੀਗਾ ਉਹ ਮੰਨਿਆ ਠੋਕ ਵਜਾ ਕੇ ਜੋ ਕਿਹਾ ਉਹ ਕੀਤਾ ਜਿਹੜਾ ਨਹੀਂ ਸੀ ਸਾਡਾ ਸਾਨੂੰ ਫਸਾਇਆ ਗਿਆ ਟ੍ਰੈਪ 'ਚ ਗਿਆ ਉਹ ਅੱਡ ਗੱਲ ਹੈਗੀ ਸੋ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਤੁਸੀਂ ਸੰਘਰਸ਼ ਸ਼ੁਰੂ ਕਰਨ ਵਾਲੇ ਹੋ ਰੇਲਾਂ ਰੋਕਣ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਬਾਅਦ ਇਹ ਲਗਾਤਾਰ ਜਾਰੀ ਰਹੂਗਾ ਹੁਣ ਪੰਜਾਬ ਸਰਕਾਰ ਨਾਲ ਚੰਨੀ ਸਰਕਾਰ ਨਾਲ ਆਡਾ ਲਾ ਰਹੇ ਹੋ ਜਾ ਕੇ ਪੰਜਾਬ 'ਚ ਬਿਲਕੁਲ ਬਿਲਕੁਲ ਚੰਨੀ ਸਰਕਾਰ ਦਿਨੇ ਉੱਠ ਕੇ ਮੁੱਖ ਮੰਤਰੀ ਜੀ ਸਾਡੇ ਰੋਜ਼ ਝੂਠ ਬੋਲਣ ਦੀ ਉਹਨਾਂ ਨੇ ਠੇਕਾ ਲੈ ਲਿਆ ਨਵੇਂ ਸਿਰਿਓ ਤਾਂ ਕਰਦੇ ਕੁਛ ਨਹੀਂ ਆਉਂਦੇ ਮੀਟਿੰਗ ਕਰ ਲਓ ਮੀਟਿੰਗ ਕੀ ਕਰਨ ਨੂੰ ਕਰੀਏ ਬਈ ਤੁਹਾਡੇ ਕੋਲ ਮੰਗ ਪੱਤਰ ਗਿਆ ਪਹਿਲੋਂ ਮੀਟਿੰਗਾਂ ਹੋਈਆਂ ਤੁਸੀਂ ਕੁਛ ਤਾਂ ਲਾਗੂ ਕਰੋ ਅਗਲੀ ਮੀਟਿੰਗ ਕਰ ਆ ਜਾਂਦੇ 17 ਵਾਲੀ 'ਚ ਤੁਸੀਂ ਜਾ ਨਹੀਂ ਰਹੇ ਨਾ 17 ਵਾਲੀ 'ਚ ਅਸੀਂ ਨਹੀਂ ਜਾ ਰਹੇ ਹੁਣ ਅੱਗੇ ਕੀ ਰੂਟ ਹੈਗਾ ਥੋੜ੍ਹਾ ਜਿਹਾ ਤੁਸੀਂ ਦੱਸ ਦਿਓ ਲੋਕਾਂ ਅਸੀਂ ਹੁਣ 2-3 ਪ੍ਰੋਗਰਾਮ ਰਾਜਪੁਰੇ ਤੱਕ ਹੋਰ ਹੈਗੇ ਨੇ ਫਿਰ ਅਸੀਂ ਫਤਿਹਗੜ੍ਹ ਸਾਹਿਬ ਰਾਤ ਸ਼ਹੀਦਾਂ ਦੀ ਧਰਤੀ 'ਤੇ ਰਹਾਂਗੇ ਉੱਥੇ ਸੁਬਾਹ ਨਤਮਸਤਕ ਹੋ ਕੇ ਫਿਰ ਵਾਇਆ ਲੁਧਿਆਣਾ ਦਰਾਹੇ ਸਾਡਾ ਮਾਲਵੇ ਦੇ ਜਥੇ ਰਲਨੇ ਆ ਫਿਰ ਗਾਂ ਜਲੰਧਰ PAP ਆਪਣਾ ਜਲੰਧਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਫਿਰ ਭੁਲੱਥਗੜ੍ਹੀ ਕਪੂਰਥਲ ਜ਼ਿਲ੍ਹਾ ਬਿਆਸਪੁਰ ਅਤੇ ਫਿਰ ਗੁਰਦਾਸਪੁਰ ਫਿਰ ਐਂ ਤਰਨ ਤਰਨ ਗੋਲਡਨ ਗੇਟ ਫਿਰ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਨਵਾਵਾਂਗੇ ਇਸ ਪ੍ਰੋਗਰਾਮ ਹੈਗਾ ਜੀ ਬਹੁਤ ਬਹੁਤ ਧੰਨਵਾਦ ਮੰਦੇਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਮਾਝੇ ਦੇ ਮਝੈਲ ਖਾਸ ਤੌਰ 'ਤੇ ਉਸ ਸਟੇਜ ਨੂੰ ਕਿਹਾ ਜਾਂਦਾ ਸੀ ਕਿ ਇੱਧਰ ਮਾਝੇ ਵਾਲੇ ਨੇ ਇਹਨਾਂ ਦਾ ਡਿਸਿਪਲਿਨ ਬੜਾ ਤਕੜਾ ਹੈਗਾ ਆ ਅਤੇ ਹਰ ਕੰਮ ਦੇ ਵਿੱਚ ਜਿਹੜਾ ਹੈਗਾ ਅੱਗੇ ਹੋ ਕੇ ਚੱਲਦੇ ਨੇ ਅਤੇ ਉੱਥੇ ਜ਼ਿਆਦਾਤਰ ਜਿਹੜੇ ਬਜ਼ੁਰਗ ਬੀਬੀਆਂ ਬੜੇ ਡਿਸਿਪਲਿਨ ਦੇ ਵਿੱਚ ਸਟੇਜ ਨੂੰ ਸੁਣਦੇ ਹੁੰਦੇ ਸੀ ਸੋ ਉਹਨਾਂ ਦਾ ਇਹ ਕਾਫਲਾ ਜਿਹੜਾ ਹੁਣ ਪੰਜਾਬ ਨੂੰ ਜਾ ਰਿਹਾ ਫਤਿਹ ਕਰਕੇ ਜਾ ਰਿਹਾ ਮੋਰਚਾ ਫਤਿਹ ਕਰਕੇ ਅਤੇ ਹੁਣ ਪੰਜਾਬ ਦੇ ਵਿੱਚ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਕਰਨਾ ਸਰਵਣ ਸਿੰਘ ਪੰਧੇਰ ਨੇ ਇਹ ਕਿਹਾ ਹੈਗਾ ਅਤੇ ਨਾਲ ਹੀ 26 ਜਨਵਰੀ ਵਾਲੀ ਜਿਹੜਾ ਜੋ ਵੀ ਕੁਛ ਘਟਨਾਕ੍ਰਮ ਵਾਪਰਿਆ ਸੀ ਉਸ 'ਤੇ ਵੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈਗਾ ਸੋ ਅਸੀਂ ਲਗਾਤਾਰ ਦਾ ਖਾਲਸ TV ਦੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਦਾ ਖਾਲਸ TV ਲਈ ਸ਼ਾਹਬਾਦ ਤੋਂ ਖਾਸ ਰਿਪੋਰਟ